ਗਲੀ ਦੇ ਵਿੱਚ ਗੱਡੀ ਲਗਾਉਣ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ ਹੋਈਆਂ ਨੇ। ਪਹਿਲਾਂ ਗਾਲੀ ਗਲੋਚ ਹੋਇਆ, ਉਸ ਤੋਂ ਬਾਅਦ ਹੱਥੋਂ ਪਾਈ ਤੱਕ ਗੱਲ ਵੱਧ ਗਈ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕਾਰ ਗਲੀ ਦੇ ਵਿੱਚ ਹੀ ਖੜੀ ਹੈ। ਇੰਨੇ ਨੂੰ ਦੂਜੀ ਸਾਈਡ ਤੋਂ ਇੱਕ ਗੱਡੀ ਆਈ ਜਿਸ ਨੇ ਵਾਰ ਵਾਰ ਹੌਰਨ ਵਜਾਏ, ਤਾਂ ਇੰਨੇ ਨੂੰ ਗੱਡੀ ਦਾ ਮਾਲਕ ਘਰੋਂ ਨਿਕਲਿਆ ਜਿਸ ਨੇ ਗਾਲੀ ਗਲੋਚ ਸ਼ੁਰੂ ਕਰ ਦਿੱਤਾ। ਦੂਜੀ ਕਾਰ ਦੇ ਵਿੱਚ ਮਾਂ ਪੁੱਤ ਬੈਠੇ ਹੋਏ ਸੀ ਜਿਨ੍ਹਾਂ ਨੂੰ ਬਾਹਰ ਕੱਢਿਆ ਗਿਆ। ਇਸ ਮੌਕੇ ਕਾਰ ਸਵਾਰ ਦੀ ਪੱਗ ਵੀ ਲੱਥ ਗਈ ਔਰ ਮੌਕੇ ਤੇ ਹਾਲਾਤ ਤਣਾਅਪੂਰਨ ਬਣ ਗਏ। ਲੋਕਾਂ ਦਾ ਭਾਰੀ ਇਕੱਠ ਹੋ ਗਿਆ। ਗਲੀ ਦੇ ਵਿਚਕਾਰ ਹੀ ਇਸ ਸ਼ਖਸ ਦੇ ਵੱਲੋਂ ਆਪਣੀ ਕਾਰ ਨੂੰ ਖੜਾ ਕੀਤਾ ਹੋਇਆ ਸੀ। ਦੂਜੇ ਪਾਸੇ ਦੂਸਰੀ ਸਾਈਡ ਤੋਂ ਇੱਕ ਕਾਰ ਆਈ ਜਿਸ ਨੇ ਹੌਰਨ ਵਜਾਏ, ਤਾਂ ਗੱਡੀ ਦੀਆਂ ਲਾਈਟਾਂ ਜਗਦੀਆਂ ਹੀ ਛੱਡ ਕੇ ਇਹ ਸ਼ਖਸ ਘਰ ਦੇ ਵਿੱਚ ਗਿਆ ਸੀ। ਵਾਰ ਵਾਰ ਹੌਰਨ ਵਜਾਏ ਤਾਂ ਬਾਹਰ ਆਇਆ, ਸਿੱਧਾ ਹੀ ਗਾਲੀ ਗਲੋਚ ਸ਼ੁਰੂ ਕਰ ਦਿੱਤਾ। ਧਮਕੀਆਂ ਤੱਕ ਗੱਲ ਪਹੁੰਚ ਗਈ। ਇਸ ਤੋਂ ਬਾਅਦ ਹੱਥੋਂ ਪਾਈ ਹੋਈ। ਹੱਥੋਂ ਪਾਈ ਦੇ ਵਿੱਚ ਮਾਂ ਦੀਆਂ ਅੱਖਾਂ ਦੇ ਮੂਹਰੇ ਉਸਦੇ ਪੁੱਤ ਦੀ ਪੱਗ ਵੀ ਉਤਾਰ ਦਿੱਤੀ ਗਈ। ਤਸਵੀਰਾਂ ਅੰਮ੍ਰਿਤਸਰ ਦੇ ਖਾਲਸਾ ਕਾਲਜ ਵੂਮੈਨ ਦੇ ਨੇੜੇ ਦੀਆਂ ਨੇ ਜਿੱਥੇ ਇਹ ਘਟਨਾ ਹੋਈ। ਗਲੀ ਦੇ ਵਿੱਚ ਗੱਡੀ ਖੜੀ ਸੀ, ਦੂਸਰੀ ਗੱਡੀ ਲਗਾਉਣ ਨੂੰ ਲੈ ਕੇ ਇਹ ਪੂਰਾ ਵਿਵਾਦ ਹੋਇਆ, ਜਿਸ ਤੋਂ ਬਾਅਦ ਪੁਲਿਸ ਦੇ ਮੁਲਾਜ਼ਮ ਮੌਕੇ ਤੇ ਪਹੁੰਚ ਗਏ। ਨੇੜੇ ਦੇ ਸੀਸੀਟੀਵੀ ਕੈਮਰੇ ਖੁੰਗਾਲੇ ਜਾ ਰਹੇ ਨੇ ਤਾਂ ਜੋ ਪਤਾ ਲੱਗ ਸਕੇ ਕਿ ਆਖਿਰਕਾਰ ਗਲਤੀ ਕਿਸ ਦੀ ਸੀ, ਕਿਸ ਦੀ ਗਲਤੀ ਦੇ ਨਾਲ ਹੱਥੋਂ ਪਾਈ ਹੋਈ ਤੇ ਇੱਕ ਨੌਜਵਾਨ ਦੀ ਪੱਗ ਲੱਥ ਗਈ। ਮੇਰਾ ਨਾਮ ਤਰਵਿੰਦਰ ਸਿੰਘ ਹੈ ਜੀ। ਮੈਂ ਆਪਣੀ ਮਦਰ ਨਾਲ ਇੱਧਰੋਂ ਗੱਡੀ ਲੈ ਕੇ ਇੱਧਰੋਂ ਆ ਰਿਹਾ ਸੀ ਆਪਣੇ, ਅਤੇ ਉਹਨੇ ਸੈਂਟਰ 'ਤੇ ਗੱਡੀ ਲਗਾਈ ਸੀ ਇੱਥੇ। ਅਸੀਂ ਦੋ ਵਾਰੀ ਹਾਰਨ ਮਾਰਿਆ ਉਹਨੂੰ ਛੋਟਾ, ਉਹਨੇ ਨਹੀਂ ਸੁਣਿਆ, ਅਤੇ ਫਿਰ 2 ਮਿੰਟ ਗੱਡੀ ਦੀ ਵੇਟ ਕੀਤੀ ਆਪਾਂ ਨੇ, ਫਿਰ ਮੈਂ ਲੰਬਾ ਹਾਰਨ ਦਿੱਤਾ, ਫਿਰ ਉਹ ਉੱਪਰੋਂ ਥੱਲੇ ਆਇਆ, ਕਹਿੰਦਾ ਉੱਪਰੋਂ ਮੈਂ ਤੈਨੂੰ ਆਵਾਜ਼ਾਂ ਮਾਰਿਆ ਤੈਨੂੰ ਸੁਣਦਾ ਨਹੀਂ, ਇੱਦਾਂ ਹੀ ਕਿਹਾ ਆਪਣਾ ਕਾਫੀ, ਮਤਲਬ ਉਹਨੂੰ ਬੋਲਿਆ, ਕਹਿੰਦਾ ਨਹੀਂ ਗੱਡੀ ਪਿੱਛੇ ਕਰਨੀ ਤੇਰੀ, ਮੈਂ ਜੋ ਮਰਜ਼ੀ ਕਰ ਲਾ ਜਾ। ਗੱਡੀ ਪਾਰਕ ਨਹੀਂ ਕੀਤੀ ਸੀ, ਗੱਡੀ ਵਿਚਕਾਰ ਲਾਈ ਸੀ ਜੀ, ਅਤੇ ਗੱਡੀ ਰਸਤਾ ਜਾਣ ਵਾਸਤੇ ਰਸਤਾ ਨਹੀਂ ਕੋਈ ਹੈਗਾ ਸੀ, ਅਤੇ ਉਹ ਜੇ ਪਿੱਛੇ ਵੀ 3 ਗੱਡੀਆਂ ਲੱਗੀਆਂ ਸੀ, ਗੱਡੀ ਬੈਕ ਵੀ ਨਹੀਂ ਹੁੰਦੀ ਪਈ ਸੀ, ਅਤੇ ਆਪਣਾ ਸਾਰਾ ਕੁਛ, ਮਤਲਬ ਉਸ ਤੋਂ ਬਾਅਦ ਕੀ ਕਹਿੰਦੇ ਨੇ ਆਪਣਾ ਉਹ ਸਾਰੇ ਇੱਧਰੋਂ ਉੱਧਰੋਂ ਵੇਖ ਕੇ ਉੱਪਰੋਂ ਆਇਆ, ਕਹਿੰਦਾ ਗੱਡੀ ਵੀ ਸਟਾਰਟ ਸੀ ਉਹਦੀ, ਜਾਣ ਕੇ ਮਤਲਬ ਕਿ ਤੰਗ ਕਰਨ ਦੀ ਗੱਲ ਆ ਜੀ। ਮੈਂ ਆਪਣੀ ਮਦਰ ਨਾਲ ਬੈਠਾ, ਮੈਂ ਗੱਡੀ 'ਚ ਬੈਠਾ ਬੈਠਾ ਕਿਹਾ, ਮੈਂ ਕਿਹਾ ਭਾਅ ਜੀ ਗੱਡੀ ਕਰ ਲਓ ਸਾਈਡ, ਜਾਂ ਨਹੀਂ ਕਰਦਾ ਜੋ ਮਰਜ਼ੀ ਕਰ ਲੈ, ਕਹਿੰਦਾ ਮੈਂ ਕਿਹਾ ਯਾਰ ਮੈਂ ਕੀ ਕਰਨਾ, ਮੈਂ ਕਿਹਾ ਤੂੰ ਰਮਾਨ ਨਾਲ ਗੱਲ ਕਰ, ਕਿੱਦਾਂ ਗੱਲ ਕਰਨ ਡਿਆ ਤੂੰ, ਆਪਣਾ ਕਾਫੀ ਬੋਲਿਆ ਇੱਧਰ, ਹਾਂ ਕੀ ਚਾਹੁੰਦਾ ਤੂੰ, ਮੈਂ ਕਿਹਾ ਮੈਂ ਕੀ ਚਾਹੁੰਦਾ ਭਰਾ, ਤੂੰ ਗੱਡੀ ਸਾਈਡ ਕਰ ਲਾ, ਉਹ ਵੀ ਵਰਤੀ ਗਈ ਭਾਜੀ, ਗਾਲਾਂ ਵੀ ਕੱਢੀਆਂ, ਉਹ ਬਾਅਦ 'ਚੋਂ ਕੱਢੀਆਂ ਗਾਲਾਂ ਪਹਿਲਾਂ, ਅਤੇ ਮੈਂ ਕਿਹਾ ਚੱਲ ਛੱਡਿਆ ਗੱਡੀ ਸਾਈਡ ਕਰ ਲਾ ਤੂੰ ਵੀਰ, ਮੈਂ ਫਿਰ ਵੀਰ ਕਿਹਾ 3 ਵਾਰੀ ਨੂੰ, ਮੈਂ ਕਿਹਾ ਵੀਰ ਗੱਡੀ ਸਾਈਡ ਕਰ ਲਾ, ਉਤਰ ਕੇ ਕਿਹਾ, ਉਹ ਫਿਰ ਭਾਜੀ ਗਾਂ ਗਾਂ ਆ ਕੇ ਵਧੀ ਜਾਂਦਾ ਪਿਆ ਲੜਨ ਵਾਸਤੇ ਮੇਰੇ ਨਾਲ, ਕਿ ਯਾਰ ਮਤਲਬ ਹਾਂ ਉਹ ਤਾਂ ਉੱਥੋਂ, ਫਿਰ ਮੇਰੇ ਮਦਰ ਨੇ ਵੀ ਉਹਨੂੰ ਬੋਲਿਆ, ਕਹਿੰਦੇ ਮਦਰ ਕਹਿੰਦੇ ਤੂੰ ਮਹੱਲੇ 'ਚ ਰਹਿੰਦਾ ਵਾ, ਤੂੰ ਥੋੜ੍ਹਾ ਵੇਖ ਤੇ ਸਹੀ ਕਮ ਸੇ ਕਮ, ਉਹ ਕਹਿੰਦਾ ਉਹਨੇ ਫਿਰ ਮਦਰ ਨੂੰ ਵੀ ਗਾਲਾਂ ਕੱਢੀਆਂ ਨਾਲ, ਨਹੀਂ ਜੀ ਪੁਰਾਣੇ ਅਸੀਂ ਤਾਂ ਭਾਜੀ ਸਵੇਰ ਤੋਂ ਜਾਂਦੇ ਸ਼ਾਮੀ ਆਉਂਦੇ ਹਾਂ, ਅਸੀਂ ਤਾਂ ਆਪਣਾ ਆਉਂਦੇ ਨਹੀਂ ਕਿਤੇ, ਜਾਂਦੇ ਨਹੀਂ ਕਿਤੇ ਅਸੀਂ ਤਾਂ, ਦਸਤਾਰ ਦੀ ਉਹ ਲੜਦੇ ਆ ਇੱਥੇ ਜਦੋਂ ਗੱਡੀ ਉਤਰਿਆ ਜੀ ਮੈਂ, ਅਤੇ ਜਦੋਂ ਮੈਨੂੰ ਬੋਲਿਆ, ਉਹ ਜਦੋਂ ਬੋਲਿਆ, ਜਦੋਂ ਉਹਨੇ ਮੈਨੂੰ ਗਾਲ ਕੱਢੀ ਕਾਫੀ ਬਦਸਲੀ ਗਾਲ ਕੱਢੀ ਉਹਨੇ ਇੱਥੇ ਜੀ, ਅਤੇ ਉਹ ਤੋਂ ਭਾਜੀ ਫਿਰ ਮੇਰੇ ਕੋਲ ਨਹੀਂ ਰਹਿ ਗਿਆ, ਮੇਰੀ ਮਦਰ ਨੂੰ ਵੀ ਫਿਰ ਬੋਲਿਆ ਉਹਨੇ, ਅਤੇ ਮੇਰੇ ਕੋਲ ਨਹੀਂ ਆਪਸ 'ਚ, ਫਿਰ ਉਹਨੇ ਜੇ ਮੈਨੂੰ ਕੱਢਿਆ, ਮੈਂ ਤਾਂ ਆਪਣਾ ਬਚਾਅ ਕਰਨਾ ਸੀ ਨਾ ਜੀ, ਕੋਈ ਮਾਲੀ ਨੁਕਸਾਨ, ਮਾਲੀ ਨੁਕਸਾਨ ਚਲੋ ਬਚਾਅ ਆ, ਜਿਹੜੀ ਚੈਨ ਚੂਨ ਚਲੋ ਕੋਈ ਡੇਗੀ ਇੱਧਰ ਉੱਧਰ ਉਹ ਦਿੱਕਤ ਨਹੀਂ, ਕੋਈ ਵੇਖ ਲਾਂਗੇ ਕੀ ਕਰਨਾ, ਉਹਦਾ ਸੱਟ ਪੇੜ ਹੱਥ 'ਤੇ ਲੱਗੀ ਆ, ਪਰ ਚਲੋ ਵੇਖਦੇ ਹਾਂ ਕੀ ਕਰਨਾ ਉਹਦਾ। ਪੁਲਿਸ ਮੌਕੇ 'ਤੇ ਆ ਗਈ ਜੀ, ਪੁਲਿਸ ਹੁਣ ਵੇਖੋ ਕੀ ਮਤਲਬ ਗੱਲਬਾਤ ਕਰਨਗੇ ਸਾਰੇ ਉਹਨਾਂ ਨਾਲ, ਉਹ ਘਰੇ ਨਹੀਂ ਹੈਗਾ ਇਸ ਵੇਲੇ ਹਲੇ। ਭਾਜੀ ਮੰਗ ਇਹੀ ਕਰਦੇ ਆ ਕਿ ਵੇਖੋ ਸ਼ਰੀਫ ਬੰਦੇ ਨਾਲ ਲੜਨਾ ਕਿਹੜੀ ਗੱਲੋਂ, ਉਹ ਅੱਗੇ ਸਾਨੂੰ ਧਮਕੀ ਦਿੰਦਾ ਕਿ ਮੁੰਡੇ ਪਵਾ ਦਿੰਦੇ ਆ, ਇਹ ਕਰਾ ਦੇਣਾ ਉਹ ਕਰਾ ਦੇਣਾ, ਬਿਕੋ ਉਹਦੀ ਮਤਲਬ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਸਾਡੇ ਵੱਲੋਂ ਉਹ ਵੀ ਚੰਗਾ, ਅਸੀਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਕਿ ਅਸੀਂ ਨਹੀਂ ਇਹ ਚਾਹੁੰਦੇ ਕਿ ਅਗਲੇ ਨੂੰ ਵੀ ਨੁਕਸਾਨ ਹੋਵੇ, ਅਸੀਂ ਕਹਿੰਦੇ ਬਹਿ ਕੇ ਯਾਰ ਗੱਲ ਖਤਮ ਹੋਵੇ, ਅਸੀਂ ਕਹਿੰਦੇ ਯਾਰ ਅਸੀਂ ਵੀ ਇੱਥੇ ਰਹਿਣਾ ਸਾਰੀ ਉਮਰ ਇੱਥੇ ਰਹਿਣਾ, ਉਹ ਅਗਲਾ ਵੀ ਇੱਥੇ ਰਹਿੰਦਾ ਵਾ, ਅਤੇ ਚੰਗਾ ਨਹੀਂ ਲੱਗਦਾ, ਧਮਕੀ ਦਿੱਤੀ ਜੀ ਮੁੰਡੇ ਦੀ, ਖਲੋਵੋ ਇੱਥੇ ਮੈਂ ਮੁੰਡੇ ਲੈ ਕੇ ਆਉਂਦਾ ਜੀ, ਜਾਨੀ ਮਾਨੀ ਨੁਕਸਾਨ, ਅਤੇ ਫਿਰ ਭਾਜੀ ਆਪਾਂ ਹੀ ਹੱਕਦਾਰ ਹੋਣਗੇ ਫਿਰ ਇਹ ਜੋ ਵੀ ਆ।
ਜਿੱਦੀ ਦੀ ਗੱਲ ਹੈ ਇਹ ਜੋ ਵੀ ਇਹ ਕਰਨਗੇ ਵੇਖੋ ਗਲੀ 'ਚ ਗੱਡੀ ਲਾਉਣ ਨੂੰ ਪ੍ਰੋਬਲਮ ਆ ਜੀ, ਗੱਡੀ ਲਾਈ ਤੂੰ ਗੱਡੀ ਸਾਈਡ ਕਰ ਲਾ 10 ਮਿੰਟ ਬਾਅਦ, ਠੀਕ ਗੱਡੀ ਤੋਂ ਲੜ ਕੇ ਭਾਅ ਜੀ ਹੱਥੋਂ ਮੁੱਕੀ ਹੋਇਆ ਉੱਥੋਂ ਚੁੱਕ ਕੇ ਉੱਥੇ ਆ ਗਿਆ, ਉੱਥੇ ਮੇਰੀ ਚੈਨ ਚੂਨ ਲਾਈ ਇਹਨੇ ਸਾਰੀ ਚੈਨ, ਤਾਂ ਬਾਕੀ ਮੁਹੱਲੇ ਵਾਲੇ ਨੇ ਫੜਿਆ ਉੱਧਰੋਂ ਸਾਈਡ ਕੀਤਾ ਉਹਨੂੰ, ਉਹ ਦਸਤਾਰ ਪੌੜੀ ਉੱਥੇ ਲਾਈ ਜੇ ਦਸਤਾਰ ਦਸ ਦੀ ਬੇਰ ਵੀ ਹੋਈ ਆ, ਮਤਲਬ ਹੱਥੋਂ ਭਾਅ ਜੀ ਇੱਥੋਂ ਤੱਕ ਚੱਲ ਗਿਆ, ਮਤਲਬ ਆਹ 50 ਮੇਰੇ ਹੱਥ ਵਿੱਚ ਜੇ 50 ਮੈਂ ਮਹਾਂ ਬਚਾਈ ਆਪਣੀ ਉਹ 50 ਮਹਾਂ ਬਚਾਈ ਜੇ ਆਪਣੀ, ਅਤੇ ਉਹ ਮਤਲਬ ਕਰ ਕੁਰ ਕੇ ਮਤਲਬ ਕਾਫੀ ਇੱਟਾ ਉੱਟਾ ਵੜ ਕੇ ਕਹਿੰਦਾ ਖਲੋ ਇੱਥੇ ਮੈਂ ਆ ਗਿਆ ਤੁਹਾਡੇ ਲੈ ਕੇ, ਪ੍ਰਸ਼ਾਸਨ ਕੋਲ ਇਹੀ ਮੰਗ ਕਰਦੇ ਹਾਂ ਭਾਅ ਜੀ ਜੋ ਵੀ ਆ ਇਹਦਾ ਕਾਨੂੰਨ ਦੀ ਕਾਰਵਾਈ ਕੀਤੀ ਜਾਵੇ, ਅਸੀਂ ਨਹੀਂ ਚਾਹੁੰਦੇ ਅਸੀਂ ਕਹਿੰਦੇ ਯਾਰ ਸਹੀ ਤਰੀਕੇ ਨਾਲ ਹਰ ਕੋਈ ਗਲੀ ਮੁਹੱਲੇ 'ਚ ਰਹਿੰਦਾ ਵਾ, ਅਸੀਂ ਨਹੀਂ ਲੜਦੇ ਨਹੀਂ ਕਿਸੇ ਨਾਲ, ਗਲੀ ਮੁਹੱਲੇ 'ਚ ਹਰ ਕੇ ਨੂੰ ਆਪਣਾ ਸਾਈਡ ਗੱਡੀ ਲਾਵੇ, ਹਰ ਕੇ ਨੂੰ ਤੰਗ ਹੀ ਨਾ ਹੋਵੇ ਗੱਡੀ ਨਿਕਲਣ ਲੱਗੇ, ਕਾਰਵਾਈ ਕੀਤੀ ਜਾਵੇ ਜੋ ਵੀ ਆ ਭਾਅ ਜੀ ਅਸੀਂ ਗਾਂਧੀ ਕਾਰਵਾਈ ਕੀਤੀ, ਗੱਡੀ ਲਾਉਣ ਸਾਈਡ ਲੱਗੇ ਮਤਲਬ ਵੀ ਸਿਆਣੇ ਬਿਆਣੇ ਉਹਨਾਂ ਨੂੰ ਕੁਛ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਹੁੰਦਾ ਭਾਅ ਜੀ? ਗੱਡੀ ਲਾਉਣ ਤੋਂ ਦੋਵਾਂ ਧਿਰਾਂ ਦਾ ਝਗੜਾ ਹੋਇਆ ਵਾ ਜੀ, ਮੌਕੇ 'ਤੇ ਆਏ ਹਾਂ, ਤਸਦੀਕ ਕਰਕੇ ਜਿਹੜੀ ਵੀ ਕਾਰਵਾਈ ਹੋਊਗੀ ਕਾਰਵਾਈ ਕੀਤੀ ਜਾਊਗੀ। ਗੱਲ ਕੀ ਹੋਈ ਸਰ? ਗੱਡੀ ਲਾਉਣ ਤੋਂ ਆਪਸ ਮੇਰੇ ਦਾ ਕੋਈ ਮਾਮੂਲੀ ਤਕਰਾਰ ਹੋਇਆ ਵਾ ਜੀ, ਦਰਖਾਸਤ ਦੇਣ ਵਾਸਤੇ ਥਾਣੇ ਗਏ ਸੀ ਜੀ, ਨਾਲ ਆਏ ਹਾਂ ਮੌਕੇ 'ਤੇ ਪਹੁੰਚ ਗਿਆ ਜੀ, ਤਸਦੀਕ ਕਰਕੇ ਜਿਹੜੀ ਵੀ ਗੱਲ ਹੋਊਗੀ ਮੌਕੇ 'ਤੇ ਦਸਤਾਰ ਵੀ ਲਾਈ ਜੀ ਮੁੰਡੇ ਉਹਦੇ ਬਾਰੇ ਤਸਦੀਕ ਕਰ ਲੈਂਦੇ ਆ ਜੀ, ਤਸਦੀਕ ਕਰਕੇ ਜੋ ਵੀ ਕਾਰਵਾਈ ਹੋਊਗੀ, ਸੀਸੀਟੀਵੀ ਕੈਮਰੇ ਲੱਗੇ ਕਿਤੇ ਜੀ ਚੈੱਕ ਕਰ ਲੈਣੇ ਹੋਣੇ ਜੀ, ਉਹਦੀ ਜੋ ਵੀ ਕਾਰਵਾਈ ਸਰ ਜਿਹੜਾ ਵੀ ਦੋਸ਼ੀ ਹੋਏਗਾ ਕਾਰਵਾਈ ਬੰਦੀ ਕਾਰਵਾਈ ਕੀਤੀ ਜਾਊਗੀ ਜੀ ਬੰਦੀ। ਠੀਕ ਸਰ, ਉਹਨਾਂ ਵੱਲੋਂ ਕਿਹਾ ਗਿਆ ਗਾਲਾਂ ਗੁਲਾਂ ਵੀ ਕੱਢੀਆਂ ਗਈਆਂ ਸਰ, ਤਸਦੀਕ ਕਰਕੇ ਸਾਰੇ ਜੋ ਵੀ ਕਾਰਵਾਈ ਬਣੂ ਕਰਾਂਗੇ ਮਦਦ ਦੇ ਕੀ ਪਿਆ ਗਾਲਾਂ ਸਰ ਮਦਦ ਦੇ ਹੱਥੀ ਵਗੈਰਾ ਸਰ ਮੌਕੇ 'ਤੇ ਆ ਗਿਆ, ਤਸਦੀਕ ਕਰਕੇ ਜਿਹੜੀ ਵੀ ਕਾਰਵਾਈ ਹੈਗੀ ਕਰ। ਮੇਰਾ ਨਾਮ ਬੇਟਾ ਸ਼ਸ਼ੀ ਹੈ, ਮੈਂ ਆਪਣੇ ਬੇਟੇ ਦੇ ਨਾਲ ਜਾ ਰਹੀ ਸੀਗੀ, ਕੋਈ ਗੱਲ ਨਹੀਂ ਹੋਈ ਰਸਤੇ 'ਚ ਉਹਦੀ ਗੱਡੀ ਖੜ੍ਹੀ ਸੀ, ਤਾਂ ਦੋ ਬੇਟੇ ਨੇ ਹਾਰਨ ਮਾਰੇ ਕਿ ਗੱਡੀ ਪਿੱਛੇ ਕਰਨ ਲਈ, ਤਾਂ ਗੁਆ ਕਰਕੇ ਕਹਿੰਦਾ ਤੂੰ ਹਾਰਨ ਕੀ ਕਰਨ ਨੂੰ ਮਾਰੇ, ਮੈਂ ਉਹਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਬੇਟਾ ਦੇਖ ਅਸੀਂ ਇੱਕੋ ਜਗ੍ਹਾ 'ਤੇ ਰਹਿ ਰਹੇ ਹਾਂ, ਅੱਛਾ ਨਹੀਂ ਲੱਗਦਾ ਇਸ ਤਰ੍ਹਾਂ, ਤਾਂ ਕਹਿੰਦਾ ਕਰ ਲੈ ਜੋ ਕਰਨਾ ਹੀ ਇਹ, ਮੈਂ ਤਾਂ ਇੱਥੇ ਖੜ੍ਹਾ, ਮੈਨੂੰ ਇੰਨਾ ਰੂਡ ਬੋਲਿਆ, ਗੰਦੀ ਲੈਂਗੁਏਜ ਬੋਲਿਆ ਮੇਰੇ ਨਾਲ ਬਹੁਤ ਜ਼ਿਆਦਾ, ਇਹ ਮੇਰੇ ਬੇਟੇ ਨੂੰ ਧਮਕੀ ਲੱਗ ਗਿਆ, ਗਾਲਾਂ ਬਹੁਤ ਕੱਢੀਆਂ ਨੇ, ਮੈਨੂੰ ਵੀ ਗਾਲਾਂ ਕੱਢੀਆਂ ਨੇ ਇੱਕ ਦੋ ਗੰਦੀਆਂ ਗਾਲਾਂ ਕੱਢੀਆਂ ਨੇ ਬਹੁਤ ਜ਼ਿਆਦਾ, ਮੈਂ ਦੱਸ ਨਹੀਂ ਸਕਦੀ ਤੁਹਾਨੂੰ, ਬਹੁਤ ਗੰਦ ਬੋਲਿਆ ਇਸ ਬੱਚੇ ਨੇ, ਹੱਥੋਂ ਬਾਈ ਹੋਇਆ ਉਹਦੀ ਚੇਨ ਉਤਾਰ ਦਿੱਤੀ, ਇਹਨੇ ਪੱਗ ਲਾਤੀ ਮੇਰੇ ਬੇਟੇ ਦੀ, ਹਾਂ ਇਹਨੇ ਪੱਗ ਲਾਤੀ ਉਹਦੀ, ਅਤੇ ਉਸ ਤੋਂ ਬਾਅਦ ਕਹਿੰਦਾ ਖਲੋਵਾ 5 ਮਿੰਟ ਮੈਂ ਆਉਂਦਾ ਜਰਾ ਰੁਕ ਜਾਓ ਜਰਾ, ਫਿਰ ਗੱਡੀ ਲੈ ਕੇ ਆਪਣੀ ਭੱਜ ਗਿਆ, ਸਾਨੂੰ ਨਹੀਂ ਪਤਾ, ਪੱਥਰ ਵੀ ਬੜਾ ਮੁਹੱਲੇ ਦੇ ਲੋਕਾਂ ਨੇ ਛੁਡਾਇਆ, ਜਿਹਦੇ ਮੇਰੇ ਬੇਟੇ ਦਾ ਸਿਰ ਪਾੜ ਦੇਣਾ ਸੀ ਇਹਨੇ ਫੜ ਕੇ। ਹਾਂਜੀ ਉਹ ਤਾਂ ਕਰਨਗੇ ਜੋ ਬੰਦੀ ਕਾਰਵਾਈ, ਅਸੀਂ ਇਹਨੇ ਸ਼ਹੀਆਂ 'ਤੇ ਕਰਨੀ ਚਾਹੀਦੀ ਹੈ, ਸਾਰੇ ਲੋਕ ਦੁਖੀ ਹੈਗੇ ਇਹਦੇ ਕੋਲ, ਹਾਂ ਪਿਸਤੌਲ ਵੀ ਹੁੰਦੀ ਕਹਿੰਦੇ ਉਹਦੇ ਕੋਲ, ਉਹਦੀ ਗੱਡੀ 'ਚ ਰੱਖੀ ਹੁੰਦੀ ਉਹਨੇ ਆਪਣੇ ਕੋਲ। ਪੁੱਛੋ ਕਿਹੜੀ ਗੱਲ ਪੁੱਛ ਲਿਓ। ਕੀ ਨਾਮ ਤੁਹਾਡਾ? ਮੇਰਾ ਨਾਮ ਮਾਸਟਰ ਸੁਸ਼ੀਲ ਸਿੰਘ। ਇਸੇ ਇਲਾਕੇ ਦੇ ਰਹਿਣ ਵਾਲੇ? ਮੈਂ ਪੁਰਾਣਾ, ਮੈਂ ਕਿਹਾ ਇੱਥੇ ਜੰਪਲ ਮੈਂ। ਕੀ ਗੱਲ ਕੀ ਹੋਈ ਇੱਥੇ ਜਿਹੜੀ ਗੱਲ? ਚਲੋ ਮੈਨੂੰ ਤਾਂ ਬਾਅਦ 'ਚ ਪਤਾ ਲੱਗਾ ਇਸ ਗੱਲ ਦਾ ਵੀ ਚਲੋ ਇਹਨੇ ਗਾਰ ਲੰਘਾਉਣ ਤੋਂ ਇਗਨੋਰ ਕੀਤਾ, ਅਤੇ ਚਲੋ ਇਸ ਗੱਲ 'ਤੇ ਹੱਥੋਂ ਬਾਈ ਵੀ ਹੋਇਆ, ਗਾਲਾਂ ਕੱਢੀਆਂ, ਪੱਗ ਲਾਈ ਉਹਦੀ, ਅਤੇ ਇਹ ਆਪ ਲਸ਼ਈ 1 ਨੰਬਰ ਦਾ ਹੈ, ਮਾਂ ਪਿਓ ਇਹਦਾ ਇਹਨੂੰ ਛੱਡ ਕੇ ਭੱਜ ਗਿਆ ਜਿਹਦੇ ਵੱਲ ਪੱਗ ਲਾਈ ਗਈ। ਹਾਂ ਜਿਸ ਬੰਦੇ ਨੇ ਪੱਗ ਲਾਈ ਹੈ, ਨਾਮ ਕੀ ਉਹਦਾ? ਉਹ ਮੈਂ ਨਾਂ ਨਹੀਂ ਪਤਾ, ਅਸੀਂ ਨੇਜਰ ਡੁਜਰੀ ਉਹਨੂੰ ਕਹਿੰਦੇ ਆ, ਨੇਜਰ ਡੇਰੀ ਵਾਲਾ ਕਹਿੰਦੇ ਆ। ਹਾਂਜੀ ਸਰ, ਤੁਸੀਂ ਦੋਨੋਂ ਪਰਿਵਾਰਾਂ ਨੂੰ ਜਾਣਦੇ ਹੋ? ਹਾਂਜੀ ਦੋਨੋਂ ਪਰਿਵਾਰਾਂ ਨੂੰ ਜਾਣਦੇ ਹੋ? ਮੈਂ ਦੋਵਾਂ ਪਰਿਵਾਰਾਂ ਨੂੰ ਜਾਣਦਾ ਹਾਂ ਚੰਗੀ ਤਰ੍ਹਾਂ, ਜਾਣਦਾ ਇਹੋ ਜਿਹੀ ਕੋਈ ਗੱਲ ਨਹੀਂ। ਹਾਂਜੀ ਮੇਰਾ ਭਤੀਜਾ ਉਹ, ਇਸ ਕਰਕੇ ਇਹੋ ਜਿਹੀ ਕੋਈ ਗੱਲ ਨਹੀਂ, ਉਹਨੇ ਦੱਸਿਆ ਹੀ ਨੇੜੇ ਆ। ਨਸ਼ਾ ਦੱਸਦਾ, ਮੈਂ ਤਾਂ ਕਿਹਾ ਵੀ ਨਸ਼ਾ 1 ਨੰਬਰ ਦਾ ਕਰਦਾ, ਨਸ਼ਾ ਕਰਕੇ ਨਸ਼ੇ ਤੋਂ ਡਰ ਕੇ ਮਾਂ ਪਿਓ ਛੱਡ ਕੇ ਵੀ ਚਲ ਗਿਆ, ਦੂਰ ਹੋਰ ਕਿਤੇ ਕੋਠੀ ਬਣਾ ਲਈ ਹੈ। ਜੋ ਲੱਗਦਾ ਬੰਦੀ ਕਾਰਵਾਈ ਹੋਣੀ ਚਾਹੀਦੀ ਪੁਲਿਸ ਵੱਲੋਂ? ਹਾਂਜੀ ਜੋ ਲੱਗਦਾ ਬੰਦੀ ਕਾਰਵਾਈ ਹੋਣੀ ਚਾਹੀਦੀ? ਮੈਂ ਬੰਦੀ ਕੀ ਕਰਦੀ, ਮੈਂ ਨਾ ਵੱਧ ਤੋਂ ਵੱਧ ਕਾਰਵਾਈ ਕਰਨੀ ਚਾਹੀਦੀ ਆ, ਕਿਉਂ ਜਿਹਾ ਬੰਦਾ ਇੱਕ ਦੇ ਕਾਨੂੰਨੀ ਕਾਨੂੰਨ ਹੱਥ 'ਚ ਲੈਂਦਾ, ਕਾਰ ਵਿੱਚ ਸੜਕ ਦੇ ਖਿਲਾਰਦਾ, ਕਿਉਂ ਚਲੋ ਸਾਈਡ 'ਤੇ ਲਾ ਲਏ, ਰਿਕੁਐਸਟ ਕਰ ਦਿੱਤਾ ਭਾਅ ਜੀ ਮੈਂ ਆ ਰਿਹਾ 2 ਮਿੰਟ, ਅਤੇ ਤੂੰ ਹੁਣੇ ਕਰ ਦੇਣਾ ਬੰਦ, ਗਲਤ ਇੰਨੀ ਹੈ, ਅਤੇ ਜਦੋਂ ਆਖਿਆ ਇੱਕ ਗਲਤ ਹੈ।
ਬਾਰੇ ਦੱਸੋ ਤੁਸੀਂ ਪਹੁੰਚੇ ਹੋ ਅੱਜ ਇੱਥੇ। ਜੀ, ਡਾਕਟਰ ਜਸਵਿੰਦਰ ਸੋਹਲ, ਹਿਊਮਨ ਰਾਈਟਸ ਚੇਅਰਮੈਨ ਪੰਜਾਬ। ਮੈਂ ਜੀ ਅੱਜ ਇੱਥੇ, ਮੈਨੂੰ ਹੁਣੇ ਖਬਰ ਮਿਲੀ ਕਿ ਇੱਥੇ ਇੱਕ ਨੌਜਵਾਨ, ਦੋ ਨੌਜਵਾਨ ਜਿਨ੍ਹਾਂ ਦੀ ਇੱਕ ਕਾਰ ਦੇ ਕਰਕੇ ਕੋਈ ਆਪਸੀ ਇਹਨਾਂ ਦਾ ਝਗੜਾ ਹੋਇਆ, ਜਿਹਨੂੰ ਅਸੀਂ ਪ੍ਰੋਵੋਕਿੰਗ ਵੀ ਕਹਿ ਸਕਦੇ ਹਾਂ। ਦੋ ਗੱਡੀਆਂ ਖੜੀਆਂ, ਇੱਕ ਦੇ ਵਿੱਚ ਉਸਦੇ ਮਾਤਾ ਜੀ ਸੀ ਲੜਕੇ ਦੇ ਨਾਲ, ਔਰ ਇੱਕ ਲੜਕਾ ਦੂਸਰਾ ਜਿਹੜੇ ਆਪਣੇ ਘਰ ਦੇ ਬਾਹਰ ਉਹਦੀ ਗੱਡੀ ਲੱਗੀ ਹੈ। ਉਸ ਲੜਾਈ ਝਗੜੇ ਦੇ ਵਿੱਚ ਜੋ ਹੈ ਕਿ ਇਹਨਾਂ ਨੌਜਵਾਨਾਂ ਨੇ ਇੱਕ ਦੂਸਰੇ ਨਾਲ ਲੜਦਿਆਂ ਹੋਇਆ ਇੱਕ ਨੌਜਵਾਨ ਨੇ ਦੂਸਰੇ ਦੀ ਪੱਗ ਲਾ ਦਿੱਤੀ। ਹੁਣ ਮਸਲਾ ਇੱਥੇ ਟਰਬਨ ਦਾ ਬਣਿਆ ਹੋਇਆ ਕਿ ਦਸਤਾਰ ਵੀ ਗੁਰੂ ਮਹਾਰਾਜ ਜੀ ਦੀ ਦਿੱਤੀ ਹੋਈ ਬੜੀ ਵੱਡੀ ਬਖਸ਼ ਹੈਗੀ ਹੈ, ਇਸ ਦੇ ਉੱਤੇ ਹੱਥ ਪਾਉਣਾ ਸਰਾਸਰ ਗਲਤ ਹੈ। ਜਿਸ ਚੀਜ਼ ਦੀ ਮੈਂ ਵੀ ਨਿੰਦਿਆ ਕਰਦੀ ਹਾਂ ਕਿ ਪੱਗ ਨੂੰ ਹੱਥ ਲਾਉਣਾ ਇਹ ਕਿਸੇ ਦਾ ਵੀ ਫਰਜ਼ ਨਹੀਂ ਬਣਦਾ, ਕਿਉਂਕਿ ਇਹ ਸਿੱਖ ਕੌਮ ਦੇ ਲਈ ਬੜੀ ਵੱਡੀ ਚੀਜ਼ ਹੈ। ਸੋ ਪੁਲਿਸ ਆਈ ਹੈ ਇੱਥੇ, ਇਹਨਾਂ ਨੇ ਕੰਪਲੇਂਟ ਕੀਤੀ ਹੈ, ਪੁਲਿਸ ਨਾਲ ਗੱਲ ਹੋ ਚੁੱਕੀ ਹੈ। ਅਸੀਂ ਵੀ ਉਹਨਾਂ ਨੂੰ ਨੋਟਿਸ ਕੀਤਾ ਹੈ ਕਿ ਸਾਨੂੰ ਸਵੇਰ ਤੱਕ ਇਸ ਚੀਜ਼ ਦੀ ਖਬਰ ਦਿੱਤੀ ਜਾਵੇ ਕਿ ਜੇਕਰ ਉਹ ਨੌਜਵਾਨ ਜਿਸਨੇ ਇਸਦੀ ਪੱਗ ਨੂੰ ਹੱਥ ਲਗਾਇਆ, ਜੇ ਉਸਦੀ ਗਲਤੀ ਪਾਈ ਜਾਂਦੀ ਹੈ ਤਾਂ ਉਸਦੇ ਕੋਲ ਰਿਟਨ ਦੇ ਵਿੱਚ ਮਾਫ਼ੀ ਮੰਗਵਾਈ ਜਾਵੇ ਕਿ ਦਸਤਾਰ ਨੂੰ ਹੱਥ ਪਾਉਣਾ ਸਰਾਸਰ ਇਹ ਬੇਦਬੀ ਹੈ ਇੱਕ ਪੱਗ ਦੀ, ਦਸਤਾਰ ਦੀ। ਸੋ ਇਸਦੇ ਲਈ ਉਹ ਹੱਕਦਾਰ ਹੈ ਮਾਫ਼ੀ ਮੰਗਣ ਦਾ। ਅਤੇ ਸੋ ਹੁਣ ਪੁਲਿਸ ਆਪਣੀ ਕਾਰਵਾਈ ਕਰੇਗੀ। ਜੋ ਇਹਨਾਂ ਦੇ ਲਾਗੇ CCTV ਕੈਮਰਾਜ਼ ਫੁਟੇਜ ਹੈ ਉਹ ਪੁਲਿਸ ਨੇ ਲੈ ਲਈ ਹੈ, ਜਿਸ ਦੇ ਵਿੱਚ ਦਿਖ ਰਿਹਾ ਕਿ ਉਸ ਨੌਜਵਾਨ ਨੇ ਪਹਿਲੇ ਇੱਟ ਚੁੱਕੀ ਹੈ ਇਸ ਲੜਕੇ ਨੂੰ ਮਾਰਨ ਲਈ ਜਿਹਦੀ ਟਰਬਲ ਲੱਥੀ ਹੈ। ਉਸ ਤੋਂ ਬਾਅਦ ਇਹਨਾਂ ਦਾ ਆਪਸ 'ਚ ਜੋ ਝਗੜਾ ਹੋਇਆ ਉਹ ਸਾਰਾ ਕੁਝ ਕੈਮਰੇ ਦੇ ਵਿੱਚ ਹੈਗਾ। ਤੁਹਾਡੀ ਵੀ ਗੱਲਬਾਤ ਹੋਈ ਹੈ ਪ੍ਰਸ਼ਾਸਨ ਜੀ, ਕੀ ਯਕੀਨ ਦਵਾਇਆ ਗਿਆ? ਜੀ, ਪ੍ਰਸ਼ਾਸਨ ਨੇ ਇਹੀ ਕਿਹਾ ਕਿ ਸਾਨੂੰ ਸਿਰਫ ਅੱਜ ਦਾ ਰਾਤ ਦਾ ਟਾਈਮ ਦਿੱਤਾ ਜਾਵੇ। ਅਸੀਂ ਸਵੇਰੇ, ਅਗਰ ਇਹ ਲੜਕਾ ਖੁਦ ਆ ਕੇ ਪੇਸ਼ ਨਹੀਂ ਹੁੰਦਾ, ਅਸੀਂ ਇਹਨਾਂ ਦੇ ਘਰ ਸਵੇਰੇ ਹੀ ਆਵਾਂਗੇ ਔਰ ਸਵੇਰੇ ਇਹਨਾਂ ਨੂੰ ਲੈ ਕੇ ਇਸ ਮਸਲੇ ਦਾ ਹੱਲ ਕੱਢਾਂਗੇ। ਜੇਕਰ ਉਸਦੀ ਗਲਤੀ ਪਾਈ ਜਾਂਦੀ ਹੈ ਤਾਂ ਬਿਲਕੁਲ ਉਹ ਰਿਟਰਨ ਦੇ ਵਿੱਚ ਇਹਨਾਂ ਕੋਲ ਮਾਫ਼ੀ ਮੰਗਣ ਦਾ ਹੱਕਦਾਰ ਬਣਦਾ, ਕਿਉਂਕਿ ਗੱਲ ਮਸਲਾ ਇੱਥੇ ਟਰਬਨ ਦਾ। ਠੀਕ ਜੀ।